ਸਨਣਾ ਇਸ ਵਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਗੁਰਗਾ ਦੀਪਕ ਟਿੰਨੂ ਜਿਹੜਾ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋਇਆ ਦੱਸਤੀ ਹੈ ਕਿ ਕੱਲ ਜਿਹੜਾ ਆ ਫਰਾਰ ਹੁੰਦਾ ਜਿਸ ਨੂੰ ਲੈ ਕੇ ਪੁਲਿਸ ਨੂੰ ਪਾਜੜਾ ਪੈ ਜਾਂਦੇ ਨੇ ਕਿਤਨਾ ਕਿਤੇ ਪੁਲਿਸ ਤੇ ਉੱਤੇ ਵੱਡੇ ਇਲਜ਼ਾਮ ਜਿਹੜੇ ਲੱਗ ਰਹੇ ਨੇ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਨਵਾਂ ਮੋੜ ਜਿਹੜਾ ਸਾਹਮਣੇ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦੀਪਕ ਟਿੰਨੂ ਜਿਹੜਾ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋਇਆ ਇਹ ਵੀ ਦੱਸਦੇ ਕਿ ਬਰਖਾਸਤ ਕੀਤੇ ਇੰਸਪੈਕਟਰ ਪ੍ਰਤੀਪਾਲ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਪਹਿਲਾਂ ਵੀ ਦੀਪਕ ਤਿੰਨ ਨੂੰ ਉਸਦੀ ਗਰਲਫ੍ਰੈਂਡ ਦੇ ਨਾਲ ਹੋਟਲ ਦੇ ਵਿੱਚ ਮਿਲਵਾਇਆ ਜਾਂਦਾ ਸੀ ਤੇ ਹੁਣ ਫਿਰ ਜਿਹੜਾ ਮਿਲਵਾਇਆ ਗਿਆ ਜਿਸ ਨੂੰ ਦੇਖ ਕੇ ਜਿਹੜਾ ਜਿਸ ਨੂੰ ਲੈ ਕੇ ਇਹ ਦੀਪਕ ਤਿੰਨ ਨੂੰ ਮੌਕੇ ਤੇ ਪੁਲਿਸ ਨੂੰ ਜਿਹੜਾ ਚੱਕਮਾ ਦੇ ਕੇ ਇਨਸਪੈਕਟਰ ਨੂੰ ਚੱਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ 11 ਵਜੇ ਦੇ ਕਰੀਬ ਰਾਤ ਨੂੰ ਜਿਹੜਾ ਦੀਪਕ ਤਿੰਨ ਨੂੰ ਹੋਟਲ ਦੇ ਵਿੱਚ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਗਿਆ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਤਨਾ ਕਿਤੇ ਪੁਲਿਸ ਤੇ ਉੱਤੇ ਵੱਡੇ ਸਫਲ ਖੜੇ ਕੀਤੇ ਜਾ ਰਹੇ ਨੇ ਗੈਂਗਸਟਰਵਾਦ ਨੂੰ ਲੈ ਕੇ ਕਈ ਵਾਰ ਭਾਲਾ ਕਿ ਪੁਲਿਸ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਕਿ ਠੱਲ ਪਾਈ ਜਾਵੇਗੀ ਪਰ ਕਿੰਨਾ ਕਿਤੇ ਪੁਲਿਸ ਇਨਾ ਗੈਂਗਸਟਰਾਂ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ ਸੋ ਇੰਸਪੈਕਟਰ ਦੇ ਉੱਤੇ ਵੱਡੇ ਸਫਲ ਖੜੇ ਕੀਤੇ ਗਏ ਸੀ ਹਾਲਾਂਕਿ ਇੰਸਪੈਕਟਰ ਨੂੰ ਜਿਹੜਾ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਇੰਸਪੈਕਟਰ ਦੇ ਵੱਲੋਂ ਦੀਪਕ ਤਿੰਨ ਨੂੰ ਫੋਨ ਵੀ ਜਿਹੜਾ ਮੁਹैया ਕਰਵਾਇਆ ਜਾਂਦਾ ਹੈ ਸੀਆਈਏ ਸਟਾਫ ਦੇ ਵਿੱਚ ਫੋਨ ਕਰਵਾਇਆ ਗਿਆ ਲਗਾਤਾਰ ਆਪਣੀ ਗਰਲਫ੍ਰੈਂਡ ਦੇ ਨਾਲ ਦੀਪਕ ਟਿੰਨ ਨੂੰ ਜਿਹੜਾ ਸੰਪਰਕ ਦੇ ਵਿੱਚ ਸੀ ਲਗਾਤਾਰ ਗੱਲਬਾਤ ਹੋ ਰਹੀ ਸੀ ਤੇ ਇਸੇ ਵਿਚਾਲੇ ਜਦੋਂ ਕਪੂਠਾ ਜੇਲ੍ਹ ਤੋਂ ਲਜਾਇਆ ਜਾ ਰਿਹਾ ਸੀ ਦੀਪਕ ਟਿੰਨ ਨੂੰ ਮਾਨਸਾ ਦੇ ਵਿੱਚ ਸਿੱਧੂ ਮੁਸੇਲ ਦੇ ਕਤਲकांड ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਲਜਾਇਆ ਜਾ ਰਿਹਾ ਸੀ ਤਾਂ ਇਸੇ ਵਿਚਾਲੇ ਹੋਟਲ ਦੇ ਵਿੱਚ ਰੁਕਿਆ ਰੁਕਵਾਇਆ ਗਿਆ ਦੀਪਕ ਟਿੰਨ ਨੂੰ ਜਿੱਥੇ ਉਸ ਦੇ ਵੱਲੋਂ ਆਪਣੀ ਗਰਲਫ੍ਰੈਂਡ ਦੇ ਨਾਲ ਮੁਲਾਕਾਤ ਕੀਤੀ ਜਾਣੀ ਸੀ ਤੇ ਇਸੇ ਵਿਚਾਲੇ ਗੱਲ ਜਿਹੜੀ ਆ ਸਾਹਮਣੇ ਆਂਦੀ ਹੈ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਇਨਸਪੈਕਟਰ ਨੂੰ ਜਿਹੜਾ ਇਹ ਦੀਪਕ ਤਿੰਨੂ ਜਿਹੜਾ ਫਰਾ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਜਾਂਦਾ ਸੋ ਇਹ ਕੈਟਾਗਰੀ ਦਾ ਗੈਂਗਸਟਰ ਹੈ ਦੀਪਕ ਤਿੰਨ ਜੋ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਦੱਸਿਆ ਜਾ ਰਿਹਾ ਹੈ ਸੋ ਲਾਰੈਂਸ ਬਿਸ਼ਨੋਈ ਦਾ ਬੇहद ਕਰੀਬੀ ਦੱਸਿਆ ਜਾ ਰਿਹਾ ਕਿਉਂਕਿ ਸਿੱਧੂ ਮੁਸੇਵਾਲ ਦੇ ਕਤਲकांड ਦੇ ਵਿੱਚ ਹੁਣ ਦੀਪਕ ਤਿੰਨੂ ਦਾ ਵੀ ਨਾਮ ਸਾਹਮਣੇ ਆ ਰਿਹਾ ਸੀ ਤੇ ਸਿੱਧੂ ਮੁਸੇਵਾਲ ਦੇ ਕਤਲकांड ਦੇ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਸੀ ਮਾਨਸਾ ਦੇ ਵਿੱਚ ਤੇ ਇਸੇ ਵਿਚਾਰਿਸ ਦੇ ਫਰਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਕਿ ਦੀਪਕ ਤਿੰਨੂ ਆਪਣੀ ਗਰਲਫ੍ਰੈਂਡ ਦੇ ਨਾਲ ਹੋਟਲ ਦੇ ਵਿੱਚੋਂ ਫਰਾਰ ਹੁੰਦਾ ਇਸੋ ਵੱਡੀ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਤੇ ਵੱਡੇ ਸਫਾਲ ਜਿਹੜੇ ਖੜੇ ਕੀਤੇ ਜਾ ਰਹੇ ਨੇ ਕਿਹਾ ਇਹ ਵੀ ਜਾ ਰਿਹਾ ਸੀ ਕਿ ਜਦੋਂ ਫਰਾਰ ਹੁੰਦਾ ਉਸ ਦੇ ਦੌਰਾਨ ਜਿਹੜਾ ਉਸ ਦੇ ਹੱਥਾਂ ਦੇ ਉੱਤੇ ਹਥਕੜੀਆਂ ਨਹੀਂ ਲੱਗੀਆਂ ਸੀ ਵੱਡੀ ਅਣਗਹਿਲੀ ਜਿਹੜੀ ਆ ਪੁਲਿਸ ਦੇ ਵੱਲੋਂ ਵਰਤੀ ਗਈ ਜਦੋਂ ਲਚਾਇਆ ਜਾ ਰਿਹਾ ਸੀ ਦੀਪਕ ਟਿੰਨੂ ਨੂੰ ਜਿਹੜਾ ਪੂਰਾ ਸਾਥ ਦਿੱਤਾ ਗਿਆ ਤੇ ਇਹ ਵੀ ਮੋੜ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਦੀਪਕ ਟਿੰਨੂ ਨੂੰ ਜਿਹੜਾ ਫੋਨ ਤੱਕ ਮੁਹੱਈਆ ਕਰਵਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਫੋਨ ਤੱਕ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਨੂੰ ਲੱਗ ਕਿ ਉਸ ਦੇ ਵੱਲੋਂ ਲਗਾਤਾਰ ਆਪਣੀ ਗਰਲਫ੍ਰੈਂਡ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਗਲਪਾਂ ਕਿਤੇ ਜਾ ਰਹੀ ਸੀ ਤੇ ਪਹਿਲਾਂ ਵੀ ਕਈ ਵਾਰ ਇਨਸਪੈਕਟਰ ਉਸਦੀ ਗਰਲਫ੍ਰੈਂਡ ਦੇ ਨਾਲ ਮਿਲਵਾ ਚੁੱਕਾ ਹੈ ਹੋਟਲ ਦੇ ਵਿੱਚ ਕਈ ਵਾਰ ਜਿਹੜਾ ਆ ਦੀਪਕ ਟਿੰਨੂ ਆਪਣੀ ਗਰਲਫ੍ਰੈਂਡ ਦੇ ਨਾਲ ਮੁਲਾਕਾਤ ਕਰ ਚੁੱਕਾ ਹੈ ਤੇ ਇਸੇ ਦੌਰਾਨ ਜਦੋਂ ਗਰਲਫ੍ਰੈਂਡ ਦੇ ਨਾਲ ਮੁਲਾਕਾਤ ਕੀਤੀ ਜਾਣੀ ਸੀ ਹੋਟਲ ਦੇ ਵਿੱਚ ਸੀ ਤੇ ਇਸੇ ਦੌਰਾਨ ਪੁਲਿਸ ਨੂੰ ਧੋਖਾ ਦੇ ਕੇ ਕਹਿ ਸਕਦੇ ਆ ਚੱਕਮਾ ਦੇ ਕੇ ਮੌਕੇ ਤੇ ਦੀਪਕ ਟਿੰਨੂ ਜਿਹੜਾ ਫਰਾਰ ਹੋ ਜਾਂਦਾ ਹੈ